तीसरे बादशाह साहिब गुरु
गुरु अमरदास महाराज साहब जी जिन्हां ने बरसाए बचन ने भले अमरदास गुण तेरे तेरी उपमा तोहे बनियावै। ऐसे दीन दयाल सतगुरु जी ये सानू पावन पवित्र उपदेश जिहड़ा है गुरमुखो सलोक दे विच बख्शिश करदे हन। महाराज बख्शिश करदे कह लगे भाई गुरु की सेवा करनी आखनी कि ये घटना है गलियां लपलालियां काम न आवै मित गलां करदियां ढेर सुपलियां ने पर गुरमुखो सेवा करनी बड़ी कठिन है। सेवा भी वो करदे जिन्हां दे कोलों कृपा करके करवाउंदा मुगत भुगत जुगत तेरी सेवा जिस तू आप कराए। सेवा उन्हें कीती है जिहदे कोलों वो अपनी सेवा लैंदा है सिर ते मेहर भरिया हथ रख करके। जे कोई मनुख यह गल कहे ना कि मैं अपने आप बड़ा सियाना हाँ मैं बड़ी सेवा करनी जानता नहीं इस तरह सेवा नहीं होती है। सेवा है बड़ी गाखड़ी औखी है कठिन है पर गुरमुखो सेवा करदे ओ जिन्हां दे सिर ते मेहर दा हथ मेहर दी बख्शिश हो जाती है। गुरु अमरदास महाराज कह लगे सतगुरु की सेवा गाखड़ी गुरु की सेवा भाई गाखड़ी कठिन है किसी बिरले ने की सारिया तो नहीं हुई है। ते गुरु की सेवा गुरु का वचन मनना यह सब तो वड्डी सेवा है। इतिहास के बेअंत साखियां ने साखियां आप बहुतियां तां नहीं सरवण करते क्योंकि बहुत आदि आप साखियां सरवण कीतियां ही हुई इतिहास विचों ग्रंथा विचों वक्-वक् दीवाना विच आप सरवण कर लेंगे हाँ इस करके बहुता साखी के विस्तार विच आप जाते नहीं पर रूप मात्र वचन है गुरु का वचन मनना सेवा है। ਇਹ ਸੇਵਾ ਭਾਈ ਲਹਿਣਾ ਸਾਹਿਬ ਨੇ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਮੁਰਦਾ ਖਾ ਲਵੋ ਜੰਗਲ ਦੇ ਵਿੱਚ ਪਿਆ ਹੋਇਆ ਪਰ ਇਹ ਵਚਨ ਕਿਹਨੇ ਮੰਨਿਆ ਭਾਈ ਲਹਿਣਾ ਸਾਹਿਬ ਜੀ ਆ ਇਹ ਹੈ ਸੇਵਾ ਕਰਨੀ ਗੁਰੂ ਦੀ ਸੇਵਾ ਕਰਨੀ ਗਾਖੜੀ ਔਖੀ ਹੈ ਕਠਿਨ ਹੈ। ਗੁਰਮੁਖੋ ਹਰੇਕ ਨਹੀਂ ਕਰ ਸਕਦਾ ਕੋਈ ਵਿਰਲਾ ਹੀ ਕਰਦਾ ਹੈ ਭਾਈ ਸਾਹਿਬ ਭਾਈ ਲਹਿਣਾ ਸਾਹਿਬ ਜੀ ਵਰਗੇ ਗੁਰੂ ਦੀ ਸੇਵਾ ਔਖੀ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਤੇ ਉਹਨਾਂ ਦੇ ਵਾਸਤੇ ਜਲ ਭਰ ਕੇ ਲਿਆਉਣਾ ਇੱਕ ਦਿਨ ਨਹੀਂ ਰੋਜ਼ ਲਗਾਤਾਰ ਇਹ ਜਲ ਦੀ ਸੇਵਾ ਕਰਨੀ ਹਨੇਰੇ ਦੇ ਵਿੱਚ ਬਜ਼ੁਰਗ ਅਵਸਥਾ ਦੇ ਵਿੱਚ ਇਹ ਸੇਵਾ ਕਿਹਨੇ ਕੀਤੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੀਆਂ ਨੇ। ਮਹਾਰਾਜ ਕਹਿਣ ਲੱਗੇ ਭਾਈ ਸੇਵਾ ਕਰਨੀ ਗਾਖੜੀ ਕਠਿਨ ਹੈ ਕੋਈ ਵਿਰਲਾ ਕਰਦਾ ਜਿਹਦੇ 'ਤੇ ਵਿਰਲਾ ਹੱਥ ਹੋਵੇ। ਬਾਬਾ ਫਰੀਦ ਸਾਹਿਬ ਜੀ ਦਾ ਜੀਵਨ ਪੜ੍ਹੀਏ ਨਾ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਅਤੇ ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਵੀ ਆਪਣੇ ਮੁਰਸਦ ਦੇ ਕੋਲ ਰਹਿੰਦੇ ਗੁਰੂ ਦੇ ਕੋਲ ਰਹਿੰਦੇ ਸਾਹ ਹੁਸੈਨ ਨਾਮ ਹੈ ਰੋਜ਼ ਸੇਵਾ ਕਰਦੇ ਪ੍ਰਸ਼ਾਦੇ ਪਾਣੀ ਦੀ ਸੇਵਾ ਇਸ਼ਨਾਨ ਦੀ ਸੇਵਾ ਵਸਤਰ ਧੋਣ ਦੀ ਸੇਵਾ ਸਾਰੀਆਂ ਸੇਵਾਵਾਂ ਆਪਣੇ ਹੱਥਾਂ ਨਾਲ ਆਪ ਕਰਦੇ ਤੇ ਕਹਿਣ ਲੱਗੇ ਸਮਾਂ ਬਤੀਤ ਹੁੰਦਾ ਗਿਆ ਇੱਕ ਦਿਨ ਗੁਰੂ ਕੋ ਅੰਮ੍ਰਿਤ ਵੇਲੇ ਨਾ ਠੰਡ ਦੀ ਰੁੱਤ ਸਿਆਲ ਦੀ ਠੰਡ ਦੇ ਦਿਨ ਤੇ ਬਾਬਾ ਫਰੀਦ ਸਾਹਿਬ ਜੀ ਉੱਠ ਕੇ ਅੰਮ੍ਰਿਤ ਵੇਲੇ ਪਹਿਲਾਂ ਪਾਣੀ ਗਰਮ ਕਰਦੇ ਫਿਰ ਉਸ ਗਰਮ ਪਾਣੀ ਦੇ ਨਾਲ ਆਪਣੇ ਗੁਰੂ ਦਾ ਮੁਰਸਦ ਦਾ ਇਸ਼ਨਾਨ ਕਰਵਾਉਂਦੇ ਸੇਵਾ ਕਰਕੇ ਖੁਸ਼ਾਂ ਪ੍ਰਾਪਤ ਕਰਦੇ। ਕਹਿਣ ਲੱਗੇ ਇੱਕ ਦਿਨ ਕੀ ਹੋਇਆ ਰਾਤ ਨੂੰ ਬਹੁਤ ਭਾਰੀ ਮੀਂਹ ਪੈ ਗਿਆ ਜਿਵੇਂ ਅੱਜ ਸਾਡੇ ਕੋਲ ਸਾਧਨ ਨੇ ਨਾ ਅੱਗ ਬਾਲਣ ਦੇ ਅਸੀਂ ਗੈਸ ਬਾਲਦੇ ਹਾਂ ਸਾਡੇ ਕੋਲ ਹੋਰ ਸਾਧਨ ਹੈ ਜਾਂ ਐਟੋਮੈਟਿਕ ਗੈਸ ਆਪੇ ਹੀ ਬਲ ਪੈਂਦੇ ਇਸ ਤੋਂ ਪਹਿਲਾਂ ਲੋਕ ਚੁੱਲ੍ਹੇ ਵਿੱਚ ਅੱਗ ਬਾਲਦੇ ਅਤੇ ਮਾਚਿਸ ਦੀ ਡੱਬੀ ਦੀ ਲੋੜ ਪੈਂਦੀ ਚਿੱਲੀ ਨੂੰ ਬਾਲ ਕੇ ਮਸਾਲਾ ਬਾਲ ਕੇ ਅਤੇ ਅੱਗ ਬਾਲੀ ਜਾਂਦੀ ਪਰ ਜੇ ਇਸ ਤੋਂ ਵੀ ਪਿੱਛੇ ਚਲੇ ਜਾਈਏ ਲੋਕ ਪੱਥਰਾਂ ਨੂੰ ਇੱਕ ਦੂਜੇ ਨਾਲ ਘਸਾ ਕੇ ਰਗੜ ਕੇ ਫਿਰ ਜਾ ਕੇ ਕਿਤੇ ਕੋਈ ਚਿੰਗਿਆੜੀ ਨਿਕਲਣੀ ਅਤੇ ਜਾ ਕੇ ਕੱਖਾਂ ਨੂੰ ਅੱਗ ਲਾ ਕੇ ਅਤੇ ਫਿਰ ਅੱਗ ਬਾਲਣੀ। ਉਹਨਾਂ ਸਮਿਆਂ ਵਿੱਚ ਲੋਕ ਕੀ ਕਰਦੇ ਸਨ ਵੀ ਚੁੱਲ੍ਹੇ ਦੇ ਵਿੱਚ ਅੱਗ ਢੱਕ ਲੈਂਦੇ ਵੀ ਸਵੇਰੇ ਜਦੋਂ ਉੱਠਾਂਗੇ ਇਸ ਸਵਾਹ ਨੂੰ ਥੋੜ੍ਹਾ ਪਰਾਂ ਕਰਾਂਗੇ ਉੱਪਰ ਸੁੱਕੇ ਕੱਖ ਰੱਖ ਕੇ ਫੂਕ ਮਾਰਾਂਗੇ ਥੱਲੇ ਚੁੱਲ੍ਹੇ ਦੇ ਵਿੱਚ ਕੋਈ ਦੋ ਚਾਰ ਚੰਗਿਆੜੀਆਂ ਰਾਤ ਦੀਆਂ ਅੱਗ ਦੀਆਂ ਹੋਣਗੀਆਂ ਅਤੇ ਉੱਥੋਂ ਅੱਗ ਬਲ ਪੈਂਦੀ ਅਤੇ ਕੰਮ ਆਪਣਾ ਅੱਗੇ ਸ਼ੁਰੂ ਹੋ ਜਾਂਦਾ। ਹੁਣ ਬਾਬਾ ਫਰੀਦ ਸਾਹਿਬ ਜੀ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਰਾਤ ਨੂੰ ਚੁੱਲ੍ਹੇ ਵਿੱਚ ਅੱਗ ਢੱਕ ਕੇ ਰੱਖ ਦਿੱਤੀ ਉੱਪਰ ਸੁਆਹ ਕਰ ਦਿੱਤੀ ਥੱਲੇ ਅੰਗਿਆਰ ਪਏ ਹੋਏ ਸਵੇਰ ਚੜ੍ਹੇਗਾ ਫਿਰ ਲੱਕੜਾਂ ਰੱਖਾਂਗੇ ਅਤੇ ਫੂਕ ਮਾਰਾਂਗੇ ਅੱਗ ਬਲੇਗੀ ਪਾਣੀ ਗਰਮ ਕਰਾਂਗੇ
ਤੇ ਪੀਰ ਜੀ ਦਾ ਇਸ਼ਨਾਨ ਕਰਨਾ ਵਾ। ਪਰ ਕਹਿਣ ਲੱਗੇ ਰਾਤ ਨੂੰ ਗੁਰੂ ਕੋ ਮੀਂਹ ਪੈਣ ਦੇ ਨਾਲ ਬਾਰਿਸ਼ ਬਹੁਤ ਜ਼ਿਆਦਾ ਹੋਈ ਤੇ ਉਹ ਚੁੱਲ੍ਹੇ ਜਿਹੜੇ ਸਭ ਪਾਣੀ ਨਾਲ ਹੀ ਭਰ ਗਏ। ਅੱਗ ਤੇ ਦੂਰ ਦੀ ਗੱਲ ਹੈ, ਚੁੱਲ੍ਹੇ ਵੀ ਠੰਡੇ ਪੈ ਗਏ, ਬਾਲਣ ਵੀ ਸਾਰਾ ਪਿੱਟ ਗਿਆ, ਗਿੱਲਾ ਹੋ ਗਿਆ। ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ ਆਪਣੇ ਟਾਈਮ ਤੇ ਉੱਠੇ ਤੇ ਵੇਖਿਆ ਵੀ ਇਸ਼ਨਾਨ ਕਰਾਉਣ ਵਾਸਤੇ ਤੇ ਅੱਗ ਹੀ ਨਹੀਂ ਹੈ ਕੋਲ ਤੇ ਨਾ ਪਾਣੀ ਗਰਮ ਹੋ ਸਕਦਾ। ਨਿਤਨੇਮ ਕਿਹਨੂੰ ਕਹਿੰਦੇ? ਅਸੀਂ ਨਿਤਨੇਮ ਦੀ ਪਰਿਭਾਸ਼ਾ ਨਹੀਂ ਜਾਣਦੇ, ਅਸੀਂ ਕੇਵਲ ਨਿਤਨੇਮ ਕਹਿਣਾ ਜਾਣਦੇ ਹਾਂ। ਨਿਤਨੇਮ ਕੀ ਹੁੰਦਾ ਹੈ ਇਹ ਬਾਬਾ ਫਰੀਦ ਸਾਹਿਬ ਜੀ ਸਾਨੂੰ ਦੱਸਣ ਲੱਗੇ। ਸਾਡਾ ਨਿਤਨੇਮ ਗੁਰੂ ਕੋ ਇਸ ਗੱਲ ਦਾ ਵੀ ਅੱਜ ਨਿਤਨੇਮ ਅਸੀਂ 4 ਵਜੇ ਕੀਤਾ ਹੈ, ਕੱਲ ਨੂੰ ਉਹਦਾ ਟਾਈਮ ਦਿਨ ਦੇ 10 ਵਜੇ ਵੀ ਹੋ ਸਕਦਾ ਹੈ, ਸ਼ਾਮ ਦੇ 2 ਵਜੇ ਜਦੋਂ ਕਿਤੇ ਸਾਨੂੰ ਚੇਤਾ ਆ ਗਿਆ। ਨਿਤਨੇਮ ਇਹ ਨਹੀਂ ਹੈ, ਨਿਤਨੇਮ ਤੋਂ ਭਾਵ ਇਹ ਹੈ ਨਿਤ ਦਾ ਨੇਮ ਇੱਕ ਟਾਈਮ ਇੱਕ ਸਮਾਂ। ਬਾਬਾ ਫਰੀਦ ਸਾਹਿਬ ਜੀ ਉੱਠੇ ਵੇਖਿਆ ਵੀ ਇਸ਼ਨਾਨ ਦਾ ਸਮਾਂ ਹੋ ਗਿਆ, ਪਾਣੀ ਹੈ ਨਹੀਂ, ਅੱਗ ਹੈ ਨਹੀਂ ਕੋਲ। ਜਦੋਂ ਵੇਖਿਆ ਨਾ ਘਰ ਤੋਂ ਬਾਹਰ ਨਿਕਲ ਕੇ ਤੇ ਬਾਹਰ ਦੂਰ ਇੱਕ ਵੇਸਵਾ ਦਾ ਘਰ, ਉਹਦੇ ਘਰ ਵਿੱਚ ਦੀਵਾ ਜਲਦਾ, ਚਾਨਣ ਲੋਕ ਉਹਦੇ ਘਰੋਂ ਆ ਰਿਹਾ। ਮਨ ਵਿੱਚ ਸੋਚਿਆ ਵੀ ਅੱਗ ਉਧਾਰੀ ਲੈ ਆਵਾਂ, ਅੱਗ ਲੈ ਆਵਾਂ, ਜਾ ਕੇ ਬਾਲ ਲਵਾਂ, ਪਾਣੀ ਗਰਮ ਹੋ ਜਾਏਗਾ। ਜਦੋਂ ਬਾਬਾ ਫਰੀਦ ਸਾਹਿਬ ਜੀ ਗਏ ਨਾ ਉਸ ਵੇਸਵਾ ਦੇ ਦੁਆਰੇ ਜਾ ਕੇ ਅੱਗ ਦੀ ਮੰਗ ਕੀਤੀ। ਇਹ ਵਿਕਾਰੀ ਭਾਵਨਾ ਵਾਲੀ ਔਰਤ ਪਰਖਣਾ ਵੀ ਚਾਹੁੰਦੀ ਹੈ, ਪਰਖ ਵੀ ਕਰਨੀ ਚਾਹੁੰਦੀ ਵੀ ਸੇਵਾ ਕਿੰਨੀ ਕੁ ਇਹਦੇ ਕੋਲ, ਕਿੰਨੀ ਕੁ ਭਾਵਨਾ। ਉਹਨਾਂ ਨੇ ਉਸ ਵੇਲੇ ਫਿਰ ਸਵਾਲ ਕੀਤਾ, ਕਹਿਣ ਲੱਗੇ ਵੀ ਅੱਗ ਤੇ ਮਿਲ ਜਾਏਗੀ ਪਰ ਤੈਨੂੰ ਆਪਣੇ ਜੀਵਨ ਤੋਂ ਗਿਣਨਾ ਪਵੇਗਾ, ਕੁਕਰਮ ਕਰਨਾ ਪਵੇਗਾ, ਵਿਕਾਰ ਮੇਰੇ ਨਾਲ ਭੁੱਗੇਗਾ ਤੇ ਇਹ ਅੱਗ ਮਿਲ ਸਕਦੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਇੰਨਾ ਸਮਾਂ ਹੋ ਗਿਆ ਬੰਦਗੀ ਕਰਦਿਆਂ, ਜਪ ਤਪ ਕਰਦਿਆਂ, ਜੇ ਮੈਂ ਇਸ ਨਰਕਾਂ ਦੇ ਟੋਏ ਵਿੱਚ ਹੀ ਡਿੱਗਣਾ ਸੀ ਫਿਰ ਮੈਂ ਇਸ ਪਾਸੇ ਆਉਂਦਾ ਹੀ ਕਿਉਂ? ਫਿਰ ਮੈਂ ਸਾਧੂ ਕਿਉਂ ਬਣਦਾ, ਫਕੀਰ ਕਿਉਂ ਬਣਦਾ, ਬੰਦਗੀ ਵਾਲਾ ਕਿਉਂ ਬਣਦਾ? ਫਿਰ ਮੈਂ ਉਹ ਕਰਮ ਹੀ ਕਰ ਲੈਂਦਾ, ਬਹੁਤ ਦੁਨੀਆਂ ਵਿੱਚ ਮੈਂ ਕਰ ਸਕਦਾ, ਮੈਂ ਇਹ ਕਰਮ ਨਹੀਂ ਕਰ ਸਕਦਾ। ਇਸ ਵਾਲਾ ਦੂਜਾ ਸਵਾਲ ਹੈ, ਕਹਿਣ ਲੱਗੀ ਜੇ ਇਹ ਕਰਮ ਨਹੀਂ ਕਰਨਾ ਮੈਂ ਅੱਗ ਤਾਂ ਦੇਵਾਂਗੀ ਫਿਰ ਆਪਣੇ ਸਰੀਰ ਦਾ ਵੀ ਅੰਗ ਮੈਨੂੰ ਦੇ ਕੇ ਜਾ। ਕਹਿਣ ਲੱਗੇ ਇਹ ਬਚਨ ਸੌਖਾ ਲੱਗਾ। ਅੱਜ ਕੱਲ੍ਹ ਯੁੱਗ ਦੇ ਲੋਕ ਜਿਹੜੇ ਨਾ ਵਿਕਾਰਾਂ ਦੇ ਟੋਏ ਵਿੱਚ ਝੱਟ ਹੀ ਡਿੱਗ ਪੈਂਦੇ, ਕੁਕਰਮੀ ਹੋ ਜਾਂਦੇ। ਇਤਿਹਾਸ ਵਿੱਚ ਬਚਨ ਲਿਖਿਆ ਕਿ ਬਾਬਾ ਫਰੀਦ ਸਾਹਿਬ ਜੀਆਂ ਨੇ ਆਪਣੀ ਇੱਕ ਅੱਖ ਕੱਢ ਕੇ ਨਾ ਤੇ ਉਹਨੂੰ ਦੇ ਦਿੱਤੀ, ਕਹਿਣ ਲੱਗੇ ਲੈ ਤੂੰ ਸਾਡਾ ਇੱਕ ਮਿੱਤਰ ਰੱਖ ਲਾ, ਅੱਖ ਰੱਖ ਲਾ, ਪਰ ਸਾਨੂੰ ਅੱਗ ਦੇ ਦੇ, ਮੈਂ ਆਪਣੇ ਗੁਰੂ ਦਾ ਜਾ ਕੇ ਇਸ਼ਨਾਨ ਕਰਾਉਣਾ, ਸਮੇਂ ਤੋਂ ਮੈਂ ਲੇਟ ਨਹੀਂ ਹੋਣਾ ਚਾਹੁੰਦਾ। ਇਸ ਤਰ੍ਹਾਂ ਕਰਕੇ ਅੱਖ ਵਿੱਚੋਂ ਲਹੂ ਨਿਕਲਿਆ, ਖੂਨ ਨਿਕਲਿਆ, ਸਾਫ ਕਰਕੇ ਪੱਟੀ ਬੰਨ ਲਈ, ਕੱਪੜਾ ਬੰਨ ਕੇ ਤੇ ਆ ਕੇ ਚੁੱਲ੍ਹੇ ਦੇ ਵਿੱਚ ਅੱਗ ਬਾਲੀ, ਪਾਣੀ ਗਰਮ ਕੀਤਾ, ਆਪਣੇ ਮੁਰਸ਼ਿਦ ਦਾ, ਆਪਣੇ ਗੁਰੂ ਦਾ, ਉਸ ਪੀਰ ਦਾ ਇਸ਼ਨਾਨ ਕਰਵਾਇਆ। ਹੁਣ ਪੀਰ ਵੀ ਤੇ ਜਾਣੀ ਜਾ ਰਿਹਾ ਨਾ, ਗੁਰਪੁਰ ਬੜੀ ਕਰਨੀ ਵਾਲਾ, ਬੜੀ ਭਗਤੀ ਵਾਲਾ, ਰੱਬ ਦੇ ਘਰ ਪਹੁੰਚਿਆ ਹੋਇਆ। ਉਹਨਾਂ ਨੇ ਜਾਣਦੇ ਤੇ ਸਾਰਾ ਕੁਝ, ਪਰ ਫਿਰ ਵੀ ਪੁੱਛ ਲਿਆ, ਕਹਿਣ ਲੱਗੇ ਵੀ ਇਹ ਫਰੀਦ ਸਾਹਿਬ ਦੀ ਅੱਖ ਤੇ ਪੱਟੀ ਕਿਉਂ ਬੰਧੀ ਹੋਈ ਹੈ? ਉਹਨਾਂ ਨੇ ਇਹ ਨਹੀਂ ਦੱਸਿਆ, ਸਾਡੇ ਵਰਗਾ ਤੇ ਇੱਕ ਕੱਖ ਚੁੱਕ ਕੇ ਪਰੇ ਕਰ ਦੇਵੇ, ਜੋ ਵੀ ਸਾਰੇ ਪਿੰਡ ਵਿੱਚ ਦੱਸਦਾ ਵੀ ਮੈਂ ਇਹ ਕਰਕੇ ਆਇਆ। ਇੰਨੀ ਵੱਡੀ ਸੇਵਾ ਕਰਨ ਤੋਂ ਮਗਰੋਂ ਨਾ ਝੂਠ ਬੋਲਿਆ, ਨਾ ਹੀ ਬਚਨ ਦੱਸਿਆ, ਸਾਂਝਾ ਜਿਹਾ ਬਚਨ ਕੀਤਾ। ਕਹਿਣ ਲੱਗੇ ਅੱਖ ਆਈ ਹੋਈ ਹੈ। ਹੁਣ ਉਹ ਜਾਣ ਗਿਆ ਵੀ ਅੱਖ ਇਹਦੀ ਆਈ ਹੋਈ ਤੋਂ ਭਾਵ ਹੁੰਦਾ ਵੀ ਅੱਖ ਖਰਾਬ ਹੋ ਗਈ ਹੈ। ਉਹਨਾਂ ਨੇ ਹਾਸੇ ਨਾਲ ਹੀ ਕਹਿ ਦਿੱਤਾ, ਕਹਿਣ ਲੱਗੇ ਫਰੀਦ ਸਾਈਂ ਫਿਰ ਇਹ ਦੱਸੋ ਅੱਖ ਓਨੀ ਆਵੇ ਜਿੰਨੀ ਪਹਿਲਾਂ ਕਿ ਉਹਦੇ ਤੋਂ ਛੋਟੀ ਵੱਡੀ ਲੈ ਕੇ ਆਈ? ਜਦੋਂ ਇਹ ਬਚਨ ਸੁਣਿਆ ਤੇ ਕਹਿਣ ਲੱਗੇ ਨਹੀਂ, ਖੁਦਾ ਦੀ ਬਰਾਬਰੀ ਨਹੀਂ ਕਰਨੀ, ਪਰਮੇਸ਼ਰ ਦੀ ਬਰਾਬਰੀ ਨਹੀਂ ਕਰਨੀ ਹੈ, ਖੁਦਾ ਦੀ ਬਰਾਬਰੀ ਨਾ ਕਰੀਏ ਚੰਗੀ ਗੱਲ ਹੈ, ਜੇ ਬਖਸ਼ਿਸ਼ ਕਰਨੀ ਚਾਹੁੰਦੇ ਕਰ ਦਿਓ ਪਰ ਥੋੜ੍ਹੀ ਜਿਹੀ ਛੋਟੀ ਕਰ ਦਿਓ। ਤੇ ਜਦੋਂ ਇਹ ਬਚਨ ਹੋਇਆ ਤੇ ਫਿਰ ਉਹ ਮਹਾਤਮਾ ਉਹ ਫਕੀਰ ਕਹਿਣ ਲੱਗੇ, ਕਹਿੰਦੇ ਚੱਲ ਫਿਰ ਪੱਟੀ ਖੋਲ। ਜਦੋਂ ਪੱਟੀ ਖੋਲੀ ਤੇ ਗੁਰੂ ਕੋ ਪਹਿਲਾਂ ਦੇ ਵਾਂਗ ਉਸੇ ਤਰ੍ਹਾਂ ਹੀ ਫਿਰ ਅੱਖ ਜਿਹੜੀ ਹੈ ਜਗਦੀ ਪਈ ਹੈ, ਪ੍ਰਕਾਸ਼ ਕਰਦੀ ਪਈ ਹੈ, ਦੇਖਦੀ ਪਈ ਹੈ, ਸਭ ਕੁਝ ਉਸੇ ਤਰ੍ਹਾਂ ਪ੍ਰਾਪਤ ਹੋ ਗਈ। ਐਸੀ ਸੇਵਾ ਬਾਬਾ ਫਰੀਦ ਸਾਹਿਬ ਨੇ ਕੀਤੀ ਹੈ। ਉਹਨਾਂ ਨੇ ਸਾਨੂੰ ਇਹ ਸਮਝਾਇਆ ਵੀ ਨਿਤਨੇਮ ਕੀ ਹੁੰਦਾ ਹੈ। ਨਿਤਨੇਮ ਇਹ ਹੁੰਦਾ ਨਿਤ ਦਾ ਨੇਮ, ਇੱਕੋ ਸਮਾਂ, ਜੋ ਮਰਜ਼ੀ ਹੋ ਜਾਵੇ, ਤੇਰੇ ਸਮੇਂ ਵਿੱਚ ਤਬਦੀਲੀ ਨਾ ਆਵੇ, ਉਹ ਨਿਤਨੇਮ ਦਾ ਲਾਭ ਹੈ। ਅਸੀਂ ਪਾਠ ਕਰਦੇ ਹਾਂ ਤਾਂ ਰੋਜ਼ ਸੁਖਮਨੀ ਸਾਹਿਬ ਦਾ ਵੀ ਕਰਦੇ ਹਾਂ, 5 ਬਾਣੀਆਂ ਵੀ ਪੜ੍ਹਦੇ ਹਾਂ, ਵਾਹਿਗੁਰੂ ਮੰਤਰ ਦਾ ਜਾਪ ਵੀ ਕਰਦੇ ਹੋਵਾਂਗੇ,
पर ये सारा कुछ कर देते हाँ, पर साड़ा टाइम एक नहीं है, जदों कितने टाइम लगा सवेरे शाम दोपहरे ना भी लगा तो नागा भी पै जाता, पर नितनेम तो भाव होता गुरमुख की एक समा, वो समा नहीं टलना चाहिए, जो मर्जी हो जाए उसके विच बरकत अधिक है, बहुत ही है। सतगुरु महाराज कह लगे सतगुरु की सेवा गाखड़ी, गुरु की सेवा गाखड़ी औखी है भाई, ये बाबा फरीद साहब वर्गे कर सकते, ये सेवा भाई लहना साहब वर्गे कर सकते, ये सेवा गुरमुखो धन गुरु अमरदास पातशाह महाराज कर सकते, जां इस सेवा बहादुर विधि चंद वर्गे कर सकते, जां इस सेवा बचित्र सिंह वर्गे कर सकते ने, ये सेवा गुरमुखो भाई जैता जी वर्गे कर सकते, ऐसी सेवा गाखड़ी ऐसे गुरु के प्यारे जड़े ने वो सेवा करके लाभ लेते हैं। आपा भाव गुआ के आप तो भाव होगा हंकार हो मैं सेवा कर लगे हो मैं ना कर हंकार ना कर भी मैं ही कर सकता और कोई कर ही नहीं सकता, आप गुआए अंदरों आपा मार हंकार नू मार दे खत्म कर दे, मैं ते कुछ भी नहीं, महाराज दे कोल ते बड़े प्रेमी नेमी श्रद्धा वाले भरोसे वाले सिख ने, महाराज जे तो चौण सेवा लै सकदे, जे मैनू सेवा दा मौका मिलिया कि महाराज दी मिलते रहमत होई है, तरस पया मेहरामत होई, ये मिलते रहमत होई है, मिलते तरस होया जो महाराज मेरे तो सेवा लै रहे, इते महाराज कोल बड़े चढ़दी कला वाले गुरु के सिख भावना वाले सेवादार बैठे हुए। महाराज वचन करदे कहण लगे विचों आप गुवाए, पहला हंकार विचों खत्म कर भी मैं कुछ हाँ, ते सतगुरु पातशाह कहण लगे सिर दीजै फिर सिर देण तक सेवा कर, सिर भी कुर्बान करना पवे, सीस वड्डे कर बैसम कीजै, इस तरह जे सिर भी देना पवे ना, जौ तो प्रेम खेलन का चाहो तो जौ तो प्रेम खेलन का चाहो सिर धर गली थली मेरी आ, महाराज दियां दे भजन कहन लगे गुरु की सेवा करने वास्ते सीस भी कुर्बान करना पवे, इहदे विच भी होवे ना करी, बाबा दीप सिंह वर्गिया ने सीस भी इत्थे भेट कर छड़े ने, इस तरह जिन्हां ने सिर दे के सेवा कीती है ਉਹ ਗੁਰੂ ਕੇ ਸਿੱਖ ਸਫਲੇ ਹੋ ਜਾਂਦੇ ਹਨ। ਸ਼ਬਦ ਮਰੈ ਫਿਰ ਤਾ ਮਰੈ, ਜਿਹੜੇ ਗੁਰਮੁਖ ਗੁਰੂ ਦੇ ਉਪਦੇਸ਼ ਦੇ ਵਿੱਚ ਆਪਣੇ ਆਪ ਨੂੰ ਮਾਰ ਲੈਂਦੇ, ਗੁਰੂ ਦੇ ਉਪਦੇਸ਼ ਵਿੱਚ ਕੀ ਮਾਰਨਾ ਹੈ, ਕੋਈ ਵੀ ਕਰਮ ਕਰਨਾ ਪਹਿਲਾਂ ਇਹ ਦੇਖਣਾ ਗੁਰੂ ਦਾ ਕੀ ਹੁਕਮ ਹੈ, ਜੇ ਗੁਰੂ ਦਾ ਹੁਕਮ ਹੈ ਤੇ ਉਹ ਕੰਮ ਕਰਨਾ, ਜੇ ਹੁਕਮ ਨਹੀਂ ਹੈ ਤੇ ਕੰਮ ਨਹੀਂ ਕਰਨਾ, ਮਨ ਭਾਵੇਂ ਕਿੰਨਾ ਵੀ ਕਹੀ ਜਾਵੇ, ਰਿਸ਼ਤੇਦਾਰ ਕਿੰਨਾ ਵੀ ਜ਼ੋਰ ਪਾਈ ਜਾਣ, ਕੋਈ ਕਿੰਨਾ ਮਰਜ਼ੀ ਕਹਿ ਦੇਵੇ ਵੀ ਨਹੀਂ ਆ ਕੰਮ ਜ਼ਰੂਰ ਕਰੀਏ, ਇਹਦੇ ਬਿਨਾਂ ਰਹਿ ਬਣ ਨਹੀਂ ਆਉਂਦੀ ਹੈ, ਪਰ ਉਹਦੇ ਵਿੱਚ ਇਹ ਵੇਖਣਾ ਵੀ ਮਹਾਰਾਜ ਦਾ ਕੀ ਹੁਕਮ ਹੈ, ਗੁਰੂ ਦੇ ਹੁਕਮ ਮੁਤਾਬਕ ਕਰਮ ਕਰਨਾ। ਪਾਤਸ਼ਾਹ ਕਹਿਣ ਲੱਗੇ ਸ਼ਬਦ ਮਰੇ, ਜਿਹੜੇ ਗੁਰੂ ਉਪਦੇਸ਼ ਵਿੱਚ ਆਪਣੇ ਆਪ ਨੂੰ ਜਿਨ੍ਹਾਂ ਨੇ ਮਾਰ ਲਿਆ ਹੈ, ਜੋ ਮੇਰੇ ਗੁਰੂ ਦਾ ਹੁਕਮ ਹੈ ਮੈਂ ਤੇ ਉਹ ਕਰਾਂਗਾ, ਜਿਹੜੇ ਸ਼ਬਦ ਵਿੱਚ ਇਸ ਤਰ੍ਹਾਂ ਆਪਣੇ ਆਪ ਨੂੰ ਮਾਰ ਲੈਂਦੇ ਢਾਲ ਲੈਂਦੇ, ਪਾਤਸ਼ਾਹ ਕਹਿਣ ਲੱਗੇ ਫਿਰ ਨਾ ਮਰ ਹੈ, ਉਹ ਦੁਬਾਰਾ ਫਿਰ ਸਾਡੇ ਵਾਂਗ ਜਾਂ ਆਮ ਦੁਨੀਆਂ ਦੇ ਵਾਂਗ ਜੰਮ ਕੇ ਨਹੀਂ ਆਉਣਗੇ, ਮਰ ਕੇ ਨਹੀਂ ਜਾਣਗੇ, ਜੰਮਣਾ ਮਰਨਾ ਮੁੱਕ ਹੀ ਜਾਏਗਾ। ਬਾਬਾ ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ ਮਰੋ ਤੋ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ, ਐਸੀ ਮਰਨੀ ਜੋ ਮਰੇ ਬਹੁੜ ਨਾ ਮਰਨਾ ਹੋਏ, ਇਹ ਉਹਨਾਂ ਦੇ ਬਚਨ ਨੇ। ਕਹਿਣ ਲੱਗੇ ਭਾਈ ਜਿਹੜਾ ਗੁਰੂ ਹੁਕਮ ਦੇ ਵਿੱਚ ਆਪਣੇ ਆਪ ਨੂੰ ਮਾਰ ਲੈਂਦਾ ਉਹਨੂੰ ਦੁਬਾਰਾ ਨਹੀਂ ਮਰਨਾ ਪੈਂਦਾ, ਇਹੋ ਜਿਹੀ ਮਰਨੀ ਮਰ ਕਿ ਤੇਰਾ ਦੁਨੀਆਂ ਵਿੱਚ ਜਸ ਹੋਵੇ ਔਰ ਦੁਬਾਰਾ ਤੈਨੂੰ ਸੰਸਾਰ ਵਿੱਚ ਜਨਮ ਲੈ ਕੇ ਆਉਣਾ ਹੀ ਨਾ ਪਵੇ, ਐਸੀ ਦਾਤ ਨੂੰ ਪ੍ਰਾਪਤ ਕਰ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਭਾਈ ਸ਼ਬਦ ਮਰਹੇ ਫਿਰ ਨਾ ਮਰਹੇ, ਜਿਹੜੇ ਸ਼ਬਦ ਵਿੱਚ ਆਪਣੇ ਆਪ ਨੂੰ ਮਾਰ ਲੈਂਦੇ ਹੁਕਮ ਵਿੱਚ ਉਪਦੇਸ਼ ਵਿੱਚ, ਉਹ ਦੁਬਾਰਾ ਫਿਰ ਨਾ ਜੰਮ ਕੇ ਨਾ ਮਰ ਕੇ ਜਾਂਦੇ, ਇਹ ਜੰਮਣਾ ਮਰਨਾ ਉਹਨਾਂ ਗੁਰਮੁਖਾਂ ਦਾ ਮੁੱਕ ਜਾਂਦਾ ਹੈ, ਤੇ ਇਹ ਸਾਰੀ ਕੀਤੀ ਸੇਵਾ ਉਹਨਾਂ ਦੀ ਥਾਏ ਪੈ ਜਾਂਦੀ ਹੈ, ਸਫਲੀ ਹੋ ਜਾਂਦੀ, ਸੇਵਾਦਾਰ ਸਫਲੇ ਹੋ ਗਿਆ ਗੁਰੂ ਕੇ, ਐਸੇ ਜਿਹਨਾਂ ਨੇ ਬਾਣੀ ਪੜ੍ਹੀ ਹੈ ਬਾਣੀ ਸੁਣੀ ਹੈ ਉਹ ਸੇਵਾ ਕਰਨ ਵਾਲੇ ਸਫਲੇ ਹੋ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਗੁਰੂ ਕੋ ਪਾਰਸ ਨੇ, ਤੇ ਜਿਹੜਾ ਐਸੇ ਪਾਰਸ ਨੂੰ ਛੂ ਜਾਂਦਾ ਪਾਰਸ ਦੇ ਨਾਲ ਆਪਣੇ ਆਪ ਨੂੰ ਮਿਲ ਲੈਂਦਾ, ਸੋ ਪਾਰਸ ਹੋਵੇ ਉਹ ਆਪ ਵੀ ਪਾਰਸ ਬਣ ਜਾਂਦਾ ਹੈ। ਪਾਰਸ ਗੁਰੂ ਕੋ
लोहे नूं सोना कर दिंदा है। पर पारस अपने वर्गा किसी दूजे नूं पारस नहीं बना सकता, लोहे नूं सोना कर सकता है पर उस लोहे नूं इह नहीं अधिकार दे सकता कि तू ही अगे किसी होर लोहे नूं सोना बना दे, नहीं। पर गुरु इहो जिहा पारस है, पारस परसे है गुरु दे, गुरु भी पारस नाल अपने आप नूं जुड़ेगा। पारस होवै गुरु तैनू भी पारस बना देवेगा, तैनू ताकत दे देवेगा, जिवें गुरु ने तैनू मुक्त कीता है इसे तरह तू कईआं नूं मुक्त करन दी समर्था रखेगा, ऐसी दात मिल दिंदी है। मन प्यारा गुरु नूं गुर मन प्यारा, मन गुरु का दोहे था जग लगन हारा, ये महाराज दे वचन हन कि जिहड़ा गुरु की सेवा करदा। भाई मंझ साहब जी उन्हां नूं वर मिल गया, भाई मंझ जो तेरी संगत करेगा वह भी तर जाएगा, जिनी नाम त्याया गैब संगत घर नानक ते मुख उजले केती छुट्टी ना। ऐसे सेवादार गुरु के कह लगे महाराज उन्होंने अपने वर्गा पारस ही बना देंगे, उन्हां दी संगत विच ही रह के दुनिया का भला कर देंगे। धन बाबा विधि चंद जी कह लगे कि सुंदर नगर की संगत ने बेनती की, धन गुरु हरगोबिंद पातशाह साढ़े नगर में आके चरण पावे, तो धन गुरु हरगोबिंद पातशाह कह लगे भी साढ़े कोल भाई समा नहीं, नगर भी बड़ा दूर है। तो उस वेले संगत ने आख्या महाराज असी तो अपने चरण थोड़े चरण पाना चाहते। महाराज कह लगे असी बहादुर विधि चंद को भेज देंगे। संगत ने फिर वचन किया महाराज सिख ते सिख है, गुरु गुरु है, कृपा करके दे आप जी कृपा करो तो बड़ी चंगी गल हो। धन गुरु हरगोबिंद पातशाह महाराज कह लगे भाई ये विधि चंद साडा ही रूप है, ये फर्क तो साढ़े में फर्क ना जाने, साडा ही रूप है, ये दर्शनों के साडे दर्शनों का फल ये तुहानू प्राप्त होगा। इस तरह के गुरु पारस हैं, अपने सिख नूं अपने वर्गा पारस बना के उहदी संगत विचों कईआं नूं मुक्त कर दिंदे हन। जिन्हां ने सच विच लिव लाई ध्यान जोड़िया गुरु को गुरमुख कर दिंदे हन। भाई जिन्हां दे कर्मां विच पूर्व तों भाव हुंदा पहलां पहलां तों कर्म जिन्हें लिखवा लिया ना मत्थे ते, परमेश्वर ने लिख दिते जिन्हां दे मत्थे ते श्रेष्ठ कर्म, जिन्हां दे मत्थे ते ऐसे लेख लिखे हन। उन्हां नूं गुरु जिहड़ा है परमात्मा रूप गुरु मिलदा, गुरु एवें नहीं मिल दिंदा, गुरु उन्हां नूं मिलिया जिन्हां दे मत्थे ते लेख लिखिया, ते गुरु नाल मिलाउण वाले ने परमेश्वर, परमेश्वर जिन्हां ते कृपा करदा है वह फिर जीव परमेश्वर रूप गुरु नाल आके मिलदा, गुरु फिर घाट ते घटदा है इन्हां जीवां दी, जीवन नूं ढाल के घट के ऐसा उच्चा जीवन बना दिंदा फिर जीव जाके परमेश्वर नाल मिल जांदा है। गुरु सिख दे जीवन दी घाट नूं घटदा है, उहदे जीवन नूं सवारदा है, जदों जीवन सवला हो गया सवर गया उस वेले परमेश्वर की प्राप्ति हो जाती है। सतगुरु पातशाह कह लगे जिहड़ा सेवक गिणतियां करदा हिसाब किताब करदा कैलकुलेटर लैके रखिया कोल कापी पेन रखिया होया, जिहड़ा गिणती विच पै गया सेवक भी मैं इन्ने दिन सेवा करांगा, मैं इन्ने दिन बर्तन मांजांगा, मैं इन्ने दिन पाठ करांगा, मैं इन्ने पाठ रोज करांगा, मैं इन्ने बंदियां दा भला कर दिता है, मैं इन्ने बंदियां नूं दान दे दिता है, मैं इन्नियां तीर्थ यात्रा करके आ गया। अच्छा कहण लगे जिहड़ा गणता गिणती विच पै गया उह सेवक सफला नहीं है। महाराज साहिब जीआं दा वचन कहण लगे नानक गणता सेवक ना मिले, गणता गणित विच पैण वाला गिणती विच पैण वाला सेवक परमेश्वर नूं मिल नहीं सकदा क्योंकि उह गिणतियां विच पै गया। मैं इन्ने चंगे कर्म किए जिहदा फल जिहड़ा हुण गिणती करेगा भी मैं इन्ने पाठ किए इन्ने भले किए फिर वह भी इस गिणती विच भी पवेगा ना भी मैनूं हुण इहदा इह फल चाहीदा, वह फल नूं भी नाल उहदे वधावेगा घटावेगा जोड़ करेगा घटाओ करेगा भी फल मैनूं इन्ना चाहीदा, फलाने बंदे ने इन्ने पाठ घट किए उहनूं फल इन्ना घट मिले, मैं इन्ने वध किए मैनूं इन्ना वध मिले। कह लगे वह गिणती मिणती विच पै गया, गिणती मिणती में पैन वाला कह लगे फिर सफला नहीं होता तो तक पहुंचता नहीं। आप एक साखी सरवण करते कह लगे एक महात्मा पत्थर के उपर बैठ के तप करते पे, जो वर लैन का समा आया ना फल लैन का
तो उस वेले भगवान ने पूछा की चाहिए, कह लगा जी पूरा पूरा इंसाफ करो, पूरे पूरे इंसाफ तो भाव रहा भी जिन्हें साल मैं लाए, जिन्ना भुखा प्यासा मैं रहा, जिन्हें दुख मैं सह, भी पूरा मैनू ओदा मिलना चाहिए। भगवान जी कह लगे भी फल से कदे भी अधूरा नहीं मिलता, परमेश्वर एक तिल नहीं किसी का रोदा, तू मंग की चाहिए। कह लगा नहीं जी मंगना मंगा की है, बस मैनू फल ही पूरा चाहिए। मन में हंकार भी मेरे वर्गा इना जब तक कर ही कोई नहीं सकता। कह लगे जो वचन होया कि उस वेले वो सिला जी सी ना भगवान ने फिर खेड रची एक, उस सिला जो पत्थर से जिदे उपर बैठ के ये तप करता, इन्हें चलू पत्थर गोल पिया। कह लगा जी मैनू भी फल चाहिए, मेरा भी इंसाफ करो। तो भगवान जी ने पूछा तेरा इंसाफ की है? कह लगे इन्ने साल ये मेरे उपर बैठा रहा, हूँ मैनू अपने सिर से चुके ता मेरा हिसाब किताब बराबर हो जाएगा। जो ये वचन सुनिया उस वेले पैर थले जमीन निकल गई, मैं मान विच आ गया, इतने मान वाले नूं प्राप्ति नहीं है। महाराज कह लगे गिणती विच ना पै कि मैं ये कर्म किया है, गिणती विच पैण करके उस सेवक प्रवान नहीं हुंदा है। जिन्हां नूं बख्श लैंदा इतने ये वचन कर भी देखा है, पता है ना छुट्टी है। महाराज हिसाब किताब विच मैं छुट्टी नहीं सकांगा, हमरी गणत ना गणिया काई, साढ़े किसी भी पाप की गुणा की गिनती में ना पै जाई कि इन्ने पाप इन्ने पुन किते असी गिनतियां में जे आ गए तो फिर थोड़े तो छुट नहीं सकते। हाँ महाराज कह लगे जिसको बख्श लेंदा वो गुरमुख छाए पै जाते हैं। महल कुमहल ना जाननी मतलब अपना अगे रख लेंदा, भावें कह दिंदे यह बंदा ते मतलब ही है, अपना उलू सीधा रखता, दूजे का जिन्ना मर्जी नुकसान हो उहदी नहीं परवाह, पर मैनू नहीं घाटा पै जाना पैना चाहिए। महाराज कह लगे जिहड़ा बंदा अपना ही प्रयोजन मूहरे रख के चलता ना भी मैनू आ मिले मैनू आ मिल जा, कह लगे वह मूर्ख है, वह तो भले बुरे की विचार पता ही नहीं, उन्होंने थां पछाण का पता ही नहीं है, कितों की मंगना है कितने की कहना है। ऐसे व्यक्ति को मूर्ख आख्या जाता है, ऐसे व्यक्ति तो दूर रहने में ही भलाई है। महाराज कह लगे महल को महल ना जाननी, मंगण वाली कि ना मंगण वाली कि है, भले वाला कर्म केड़ा है, बुरे वाला कर्म केड़ा, चंगा केड़ा, माड़ा केड़ा। कह लगे इस गल नूं जानदे नहीं, उन्हां लोकां नूं मूर्ख आखिया जांदा है जो अपने प्रयोजन विच लगे हुए हन। शब्द चिन्ह है ता मैल लहै ज्योति जोत समाए, जिहड़े शब्द नूं पछाणदे ने पाछा कह लगे उन्हां नूं सरूप की प्राप्ति हुंदी है। ऐसे गुरमुख जिहड़े ने अपनी ज्योत नूं अपनी आत्मा नूं परमात्मा नाल मिल लैंदे हन। पातशाह कह लगे सभा सोझी पाए, सभा तो भाव सारिया सोझिया सारे ज्ञात उन्होंने प्राप्त हो जाते, परमात्मा की प्राप्ति किवें करनी ये ज्ञात हो जाती है, गुरु के सिख की खुशी किवें लैनी है यह सोझी मिल जाती है, संगत की सेवा करनी वो सारिया जड़िया सोझिया ने ज्ञान प्राप्त करते हैं। सतगुरु पातशाह अपने स्वरूप आप ही वरतते हैं, जिहड़ा शरण में आता वो सतगुरु पातशाह आप ही उपदेश दे के अपने नाल मिलाते हैं। महाराज बख्शिश कर दे नानक सतगुर मिले, जिन्हां नूं गुरु मिले, गुरु कहड़े मिले धन गुरु नानक देव पातशाह मिले, जिन्हां नूं धन गुरु गोबिंद सिंह पातशाह मिले ने, जिन्हां नूं धन गुरु ग्रंथ साहिब पातशाह गुरु मिल गए, नानक सतगुर मिले पूरी भाई, जिन्हां नूं गुरु मिले भाई उन्हां दे उपर किरपा हुई, किरपा उन्हां दी हुई जिहड़े रजा विच ने हुकम दे विच ने, जिहड़े हुकम रजा दे विच ने। महाराज कह लगे पूरी पई, उन्हां दी पत आबरू इज्जत इत्थे भी पूरी रहिंदी है, परलोक दे विच भी ओह इज्जत वाले बणदे हन। तन तन भाग तिन्हां भजन
जो हर नामा हर मुख कहते आ सतगुरु बख्शिश कर दे कह लगे उना गुरसिखां दे गुरमुखां दे भगतां दे प्यारियां दे भाग भाई धन ने धन ने धन ने ओह भागां वाले दुनिया विच नौकरी मिल जावे पदार्थ मिल जावे वस्तु मिल जावे असी वधाइयां दिंदे ये बड़े चंगे कर्मां वाले गुरु पातशाह कह लगे चंगे कर्मां वाला वो है वधाई दा पात्र वो है गुरसिखां मन वधाइयां वधाइयां देणियां ते गुरसिख नूं दिओ कहदे वास्ते महाराज कह लगे धन धन भाग तिन्हां भगत जना उन्हां भगतां दे गुरमुखां दे गुरसिखां दे भाग धन ने जो हर नामा हर मुख कहते जिन्हां ने परमेश्वर दे नाम नूं अपने मुख दे नाल जपिया जपदे पए जिन्हां नूं नाम दी प्राप्ति हुई है ਉਹ ਗੁਰੂ ਕੇ ਪਿਆਰੇ ਧੰਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸ਼੍ਰਵਣੀ ਸੁਣਤਿਆ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹਨਾਂ ਸੰਤਾਂ ਦੇ ਸਾਧੂਆਂ ਦੇ ਗੁਰਮੁਖਾਂ ਦੇ ਗੁਰਸਿੱਖਾਂ ਦੇ ਭਾਗ ਧੰਨ ਨੇ ਭਾਈ ਮਹਾਰਾਜ ਕਿਹਨਾਂ ਦੇ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੇ ਹਰੀ ਜਸ ਨੂੰ ਕੰਨਾਂ ਵਿੱਚ ਸੁਣਿਆ ਹੈ ਜਿਵੇਂ ਆਪਾਂ ਸੰਗਤ ਵਿੱਚ ਬੈਠੇ ਹਾਂ ਨਾ ਮਹਾਰਾਜ ਦੇ ਦਰਬਾਰ ਵਿੱਚ ਕੀਰਤਨ ਸੁਣਿਆ ਨਿਤਨੇਮ ਸੁਣਿਆ ਕਥਾ ਸਰਵਣ ਕਰਦੇ ਪਾਠ ਸਰਵਣ ਕਰਦੇ ਗੁਰੂ ਦਰਬਾਰ ਵਿੱਚ ਆ ਕੇ ਬੈਠਣ ਵਾਲੇ ਸਿਫਤ ਸਲਾਹ ਨੂੰ ਸੁਣਨ ਵਾਲੇ ਰੱਬ ਦੇ ਘਰ ਦੇ ਸੰਤ ਨੇ ਸਾਧੂ ਨੇ ਮਹਾਰਾਜ ਕਹਿਣ ਲੱਗੇ ਐਸੇ ਗੁਰਸਿੱਖਾਂ ਤੋਂ ਸੰਤਾਂ ਤੋਂ ਕੁਰਬਾਨ ਜਾਈਏ ਜਿਨ੍ਹਾਂ ਨੇ ਹਰੀ ਜਸ ਨੂੰ ਆਪਣੇ ਕੰਨਾਂ ਵਿੱਚ ਸੁਣਿਆ ਜਿਹੜੇ ਸੁਣਦੇ ਪਏ ਸਾਲਾ ਹੀ ਸਾਲਾ ਹੈ ਸਲਾਹਣੇ ਯੋਗ ਜੋ ਪਰਮਾਤਮਾ ਹੈ ਉਹਦੀ ਸਲਾਹ ਸਿਫਤ ਨੂੰ ਜਿਨ੍ਹਾਂ ਨੇ ਕੰਨਾਂ ਵਿੱਚ ਸੁਣਿਆ ਭਾਈ ਉਹ ਗੁਰੂ ਕੇ ਸਿਰ ਵੱਡਿਆਂ ਭਾਗਾਂ ਵਾਲੇ ਕਰਤਾ ਯੋਗ ਹਨ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਉਹਨਾਂ ਗੁਰਸਿੱਖਾਂ ਦੇ ਭਾਗ ਭਾਈ ਵੱਡੇ ਨੇ ਧੰਨ ਧੰਨ ਭਾਗ ਤਿੰਨਾਂ ਸਾਧ ਜਨਾ ਉਹਨਾਂ ਸਾਧੂਆਂ ਦੇ ਵੱਡੇ ਭਾਗ ਵੱਡੇ ਕਰਮ ਨੇ ਕਿਹਨਾਂ ਦੇ ਪਾਤਸ਼ਾਹ ਕਹਿਣ ਲੱਗੇ ਹਰ ਕੀਰਤਨ ਗਾਏ ਜਿਨ੍ਹਾਂ ਨੇ ਪਰਮਾਤਮਾ ਦੀ ਕੀਰਤੀ ਨੂੰ ਗਾਇਆ ਹੈ ਜਿਨ੍ਹਾਂ ਨੇ ਨਾਮ ਨੂੰ ਜਪਿਆ ਨਾਮ ਜਪਣ ਵਾਲੇ ਕੀਰਤੀ ਕਹਿਣ ਵਾਲੇ ਵੱਡਿਆਂ ਭਾਗਾਂ ਵਾਲੇ ਅਤੇ ਇਸੇ ਤਰ੍ਹਾਂ ਗੁਣੀ ਜਨ ਬਣਤਿਆ ਗੁਣੀ ਪੁਰਸ਼ਾਂ ਦੇ ਨਾਲ ਰਹਿ ਕੇ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਰਹਿ ਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਵੀ ਨਾਮ ਜਪਣ ਵਾਲਾ ਬਣਾਇਆ ਕਿਉਂਕਿ ਸੰਗਤ ਦਾ ਫਲ ਮਿਲਦਾ ਨਾ ਜਿਹੋ ਜਿਹੀ ਸੰਗਤ ਵਿੱਚ ਬੈਠੀਏ ਮਨੁੱਖ ਉਸੇ ਤਰ੍ਹਾਂ ਦਾ ਹੋ ਜਾਂਦਾ ਜਿਹੜੇ ਪਰਮਾਤਮਾ ਦੇ ਗੁਣ ਗਾਉਣ ਵਾਲੇ ਸਾਧੂ ਸੰਤ ਗੁਰੂ ਕੇ ਸਿੱਖ ਨੇ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਜਿਹੜੇ ਆਪ ਵੀ ਆਪਣੇ ਆਪ ਨੂੰ ਐਸੇ ਗੁਣ ਵਾਲਾ ਬਣਾ ਲੈਂਦੇ ਨਾਮ ਜਪਣ ਲੱਗ ਪੈਂਦੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐਸੇ ਗੁਣੀ ਗੁਣੀ ਜਾਣ ਜਿਹੜੇ ਨੇ ਉਹਨਾਂ ਦੇ ਭਾਈ ਵੱਡੇ ਭਾਗ ਹਨ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਉਹਨਾਂ ਗੁਰਮੁਖਾਂ ਦੇ ਭਾਗ ਵੱਡੇ ਨੇ ਧੰਨ ਧੰਨ ਭਾਗ ਤਿੰਨਾਂ ਗੁਰਮੁਖਾਂ ਉਹਨਾਂ ਗੁਰਮੁਖਾਂ ਦੇ ਭਾਗ ਨੇ ਧੰਨ 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 ਜਾਣੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਣੇ ਆਵਨ ਕਾ ਕਿਹਾ ਸੁਆਓ ਜਾਣ ਕੈ ਸੰਗ ਚੇਤ ਆਵੈ ਨਾਓ ਉਹ ਗੁਰੂ ਕਾ ਸਿੱਖ ਧੰਨ ਹੈ ਜਿਹਦੀ ਸੰਗਤ ਕਰਕੇ ਪਰਮੇਸ਼ੁਰ ਦਾ ਨਾਮ ਚੇਤੇ ਆ ਜਾਵੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹਨਾਂ ਗੁਰਸਿੱਖਾਂ ਦੇ ਭਾਗ ਭਾਈ ਗੁਰਮੁਖਾਂ ਦੇ ਧੰਨ ਨੇ ਜਿਨ੍ਹਾਂ ਨੇ ਗੁਰੂ ਦੇ ਸਿੱਖ ਦੇ ਕੋਲ ਬੈਠ ਕੇ ਗੁਰੂ ਦਾ ਉਪਦੇਸ਼ ਲੈ ਕੇ ਮਨ ਜਿੱਤਿਆ ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ ਗੁਰੂ ਦੇ ਉਪਦੇਸ਼ ਦੇ ਨਾਲ ਉਹ ਗੁਰੂ ਕੇ ਸਿੱਖ ਭਾਈ ਧੰਨ ਹਨ ਵੱਡਿਆਂ ਭਾਗਾਂ ਵਾਲੇ ਹਨ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਅਸੀਂ ਇਸ ਪੌੜੀ ਵਿੱਚ ਇਹ ਵਚਨ ਕੀਤਾ ਹੈ ਮਹਾਰਾਜ ਨੇ ਪੌੜੀ ਵਿੱਚ ਆਖਿਆ ਸੀ ਭਗਤ ਜਨ ਕਿਤੇ ਆਖਿਆ ਸੰਤ ਜਨ ਕਿਤੇ ਆਖਿਆ ਸਾਧ ਜਨ ਕਿਤੇ ਆਖਿਆ ਗੁਰਮੁਖ ਜਨ ਪਰ ਅਗਲੀ ਸਭ ਤੋਂ ਅਖੀਰਲੀ ਪੰਕਤੀ ਵਿੱਚ ਆਖਦੇ ਇਹਨਾਂ ਸਾਰਿਆਂ ਤੋਂ ਵੱਡੇ ਭਾਗ ਗੁਰੂ ਕੇ ਸਿੱਖ ਦੇ ਸੰਤ ਨਾਲੋਂ ਸਾਧੂ ਨਾਲੋਂ ਗੁਰਮੁਖਾਂ ਨਾਲੋਂ ਪਿਆਰਿਆਂ ਨਾਲੋਂ ਸਾਰਿਆਂ ਤੋਂ ਵੱਡੇ ਭਾਗ ਗੁਰੂ ਦੇ ਸਿੱਖ ਦੇ ਮਹਾਰਾਜ ਉਹ ਕਿਵੇਂ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸਿੱਖ ਬਣਿਆ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਿੱਖ ਹੈ ਐਸੇ ਸਿੱਖ ਦੇ ਭਾਈ ਵੱਡੇ ਭਾਗ ਕਿਵੇਂ ਵੱਡੇ ਭਾਗ ਨੇ ਮਹਾਰਾਜ ਕਹਿਣ ਲੱਗੇ ਜੋ ਗੁਰ ਚਰਨੀ ਸਿੱਖ ਪੜਦੇ ਆ ਜਿਹੜਾ ਸਿੱਖ ਗੁਰੂ ਚਰਨਾਂ ਵਿੱਚ ਪੜਦਿਆ ਕਹੀਏ ਪੈ ਗਿਆ ਹੈ ਜਿਹੜਾ ਪੜਨਾ ਚਾਹੁੰਦਾ ਪੈਣਾ ਚਾਹੁੰਦਾ ਜਾਂ ਜਿਹੜਾ ਪਿਆ ਹੋਇਆ ਗੁਰੂ ਚਰਨਾਂ ਨੂੰ ਫੜ ਕੇ ਜਿਹੜਾ ਬੈਠਾ ਹੋਇਆ
ऐसे गुरसिख के वड्डे भाग ने तो वड्डिया भागा वाले गुरु के सिख जिहड़ी ऐसी अवस्था नूं प्राप्त होए उन्हां गुरसिखां दे भाग भाई वड्डे ने जिहड़े गुरु के सिख गुरु की बाणी पढ़ते गुरु के चरणां नाल जुड़े हुए गुरबाणी कथा कीर्तन के लाहे प्राप्त करते उन्हां नूं वड्डे भागां वाले कहा जाता है। वडभागी हर संगत पावे कि वड्डिया भागा नाल संगत प्राप्त हुई है। इहदे विच बैठ के जिहड़े नाम बाणी नूं सरवण करदे उह गुरु के सिख भाई वड्डिया भागां वाले उह गुणी जन हन जिन्हां ने इह संगत विच बैठ के गुरु के उपदेश नूं प्राप्त करके अपने मनुखा जन्म नूं सफला कीता। समय की समाप्ति भुला दी मुआफी ਜੋ ਸਜਣ ਹਾਸੀ ਸੜੀਆਂ ਜੋ ਬਸ ਸਾਹਿਬ ਸੇ ਹੋਏ ਲੋ ਤਨ ਤਨ ਭਾਗ ਤਿਨਾ ਗੁਰਮੁਖਾ ਜੋ ਗੁਰਸਿੱਖ ਲੈ ਮਨ ਕੀ ਚਿੰਤਿਆ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ